ਸਤਿ ਸ਼੍ਰੀ ਅਕਾਲ ਦੋਸਤੋ। ਅਜੀ ਦਾ ਯਾਰ ਅੱਜ ਮੈਂ ਤੇ ਬਾਈ ਵਿਹਲੇ ਬੈਠੇ ਸੀਗੇ ਘਰੇ ਤੇ ਯਾਰ ਰੋਟੀ ਨਾ ਲੱਗੇ ਯਾਰ ਮੇਰੇ। ਉਹ ਮੈਂ ਕਿਹਾ ਯਾਰ ਰੋਟੀ ਨਹੀਂ ਖਾਧੀ ਜਾਂਦੀ, ਕਹਿੰਦਾ ਚੱਲ ਫਿਰ ਤੇਰੀ ਰੋਟੀ ਖਾ ਚੁੱਕਾ ਕਰਾਂ। ਉਹ ਮੈਂ ਕਿਹਾ ਯਾਰ ਪੇਗ ਪੁੱਗ ਤਾਂ ਮੈਂ ਲਾਉਂਦਾ ਨਹੀਂ ਭਰਾਵਾ, ਪੈੜੀ ਲਾਉਂਦਾ ਭਰਾਵਾ। ਇਹ ਚੀਜ਼ ਤਾਂ ਮੈਨੂੰ ਬਹੁਤ ਲਿਸ਼ਕੜਾ, ਬਾਈ ਨੂੰ ਵੀ ਲਿਸ਼ਕੜਾ, ਤੁਹਾਨੂੰ ਦੋਵਾਂ ਨੂੰ ਲਿਸ਼ਕੜਾ। ਤੇ ਮੈਂ ਕਿਹਾ ਯਾਰ ਮੈਂ ਪੇਗ ਤਾਂ ਨਹੀਂ ਲਾਉਂਦਾ, ਕਹਿੰਦਾ ਕਮਲਾ ਹੋਵੇ ਨੀ ਆਪਾਂ ਚੱਲਦੇ ਖੇਤ ਤੇ ਆਪਾਂ ਚਲਾਉਣਾ ਮੋਟਰ, ਮੋਟਰ ਚਲਾ ਕੇ ਤੇ ਕਰਾਂਗੇ ਕੰਮ, ਦੱਸ ਕੇ ਬੈਠੇ ਤੇ ਢਿੱਡ ਦੇ ਵਿੱਚ ਪਊ ਜਾਂ ਖਾਓ। ਯਾਰ ਤੂੰ ਰੋਣਾ ਪਏਗਾ, ਰੋਟੀ ਇੱਕ ਹੋਰ ਦਿਓ, ਰੋਟੀ ਇੱਕ ਹੋਰ ਦਿਓ, ਰੋਟੀ ਇੱਕ ਹੋਰ ਦਿਓ। ਲੈ ਫਿਰ ਦੋਸਤੋ ਆ ਚੱਲੀ ਜਾਂਦੀ ਆ ਫੋਟੋ ਆਦਰੀ ਭਾਈ ਨੂੰ ਤੇਰੀ ਨੂੰ, ਆ ਵੀ ਭਾਈ ਦੇ ਯਾਰ ਦਾ ਧੋਖਾ ਦੇ ਦਿੰਦਾ ਯਾਰ, ਇਹਦਾ ਡੱਕਾ ਡੁੱਕਾ ਲਾਉਣਾ ਲਾ ਮੈਨੂੰ ਲੱਗਦਾ ਯਾਰ ਚਾਹੀਦਾ ਤਾਂ ਹੈ। ਆਹ ਵੇਖੋ ਦੋਸਤੋ ਇਹਨੇ ਭਾਈ ਦੇ ਯਾਰ ਦੇ ਫਿਰ ਥੱਲੇ ਵੱਜਣਾ ਸਿੱਧੇ ਹੀ ਕਰਨਗੇ। ਆ ਵੇ ਆਪਣੀ ਮੋਟਰ ਚੱਲੀ ਜਾਂਦੀ ਆ, ਆਹ ਖਲਾਪੜਾ ਤੇ ਆਹ ਖਲਾਪੜਾ ਤੇ ਉਹ ਖਲਾਪੜਾ, ਸਹੀ ਢੰਗ ਨਾਲ ਬੜੀ ਲਾਇਆ ਕਰੀ।
ਅਗਾ ਚੱਗਾ ਬਾਈ ਜੀ ਸਹੀ ਤਗੜਾ ਪੜੀ ਲਾਇਆ ਕਰਾਂਗੇ ਯਾ ਤੂੰ ਮੇਰੇ ਝੰਡੇ ਲਾ ਕੇ ਦੇ ਦੇ ਯਾਰ ਝੰਡੇ ਲਾ ਕੇ ਤੇਰੇ ਦਾ ਦਾ ਤੇ ਵੀ ਕਿਹੜਾ ਖਾਲਾ ਆਪਣੇ ਤੇ ਕਿਹੜਾ ਬਗਾਡਾ ਕੱਲ ਚੱਲ ਕੋਈ ਨਹੀਂ ਤੇਰੇ ਝੰਡੇ ਲਿਆਵਾਂਗੇ ਆਪਾਂ ਵੋਟ ਵਾਲੇ ਆਈ ਜਾਂਦੇ ਹੁਣ ਵੋਟ ਵਾਲੇ ਤੇ ਝੰਡਾ ਲੈ ਲਾਂਗੇ ਉਹ ਯਾ ਵੋਟ ਵਾਲੇ ਤੋਂ ਗੱਲ ਯਾਦ ਆ ਗਈ ਯਾਰ ਇੱਕ ਤੇਰੇ ਮੈਂ ਗੱਲ ਛੱਡਾਉਣਾ ਦੋਸਤੋ ਹਾਸੇ ਵਾਲੀ ਗੱਲ ਆਪਣੇ ਨਾ ਯਾਰ ਟੋਪੀਆਂ ਵੱਢੀ ਜਾਂਦੇ ਸੀ ਵੋਟਾਂ ਵਾਲੇ ਟੋਪੀਆਂ ਵੱਢੀ ਜਾਂਦੇ ਸੀਗੇ ਤੇ ਸਾਰਿਆਂ ਨੂੰ ਟੋਪੀਆਂ ਦੇ ਯਾਰ ਵੋਟਾਂ ਵਾਲੇ ਉਹਦੇ ਉੱਤੇ ਲਿਖਿਆ ਸੀ ਉਹਦੇ ਦਰ ਚੋਟ ਛੜ ਕੀ ਆ ਕੁਛ ਵੀ ਹੋ ਗਏ ਉਹ ਯਾਰ ਫੇਰ ਵੀ ਜਾਵੜੇ ਯਾਰ ਤੁਹਾਨੂੰ ਪਤਾ ਹੀ ਆ ਤੁਹਾਡਾ ਪਵੱਕੜ ਹੈਗਾ ਟੋਪੀਆਂ ਦਾ ਸ਼ਕੀਨ ਇੱਕ ਨੰਬਰ ਉਹ ਬੋਏ ਗਏ ਯਾਰ ਫੇਰ ਵੀ ਜਾਂਦੇ ਯਾਰ ਟੋਪੀ ਟੋਪੀ ਲੈ ਕੇ ਉਹਨਾਂ ਉਹਨਾਂ ਤੋਂ ਮੈਂ ਜਾਵੜੇ ਯਾਰ ਜਾ ਕੇ ਤੇ ਬੋਏ ਨੂੰ ਲੈ ਕੇ ਬਾਈ ਜੀ ਸਤਰੀ ਕਾਲ ਕਰੇ ਸਤਰੀ ਕਾਲ ਪਵੱਕੜਾ ਕੀ ਹੋਣਾ ਉਹ ਪੈ ਦਾ ਯਾਰ ਸਿੱਧਾ ਹੋ ਜਾ ਸਿੱਧਾ ਹੋ ਜਾ ਬਾਜ ਜਾਂਦੇ ਐਕਟਰ ਇੱਕ ਤਾਂ ਪੈ ਦੇ ਯਾਰ ਦਾ ਪੁੱਠਾ ਹੋ ਜਾਂਦਾ ਯਾਰ ਕਰ ਜਾ ਕਰ ਹਾਲ ਤੇ ਬੋਏ ਨੂੰ ਅੱਕੇ ਯਾਰ ਬਾਈ ਯਾਰ ਮੈਨੂੰ ਵੀ ਟੋਪੀ ਦੋ ਯਾਰ ਵੀ ਬੱਬ ਪਵੱਕੜਾ ਕਹਿੰਦੇ ਪਤਾ ਤੁਹਾਨੂੰ ਤੂੰ ਪਵੱਕੜ ਦੇ ਟੋਪੀਆਂ ਦੇ ਸ਼ਕੀਨ ਆ ਉਹ ਮੈਂ ਕਹਿੰਦਾ ਯਾਰ ਤੁਹਾਡੀ ਹਰੇਕ ਵੀਡੀਓ ਦੇ ਵਿੱਚ ਟੋਪੀ ਜਾਊਗੀ ਟੋਪੀ ਦੇ ਉੱਤੇ ਲਿਖਿਆ ਹੋਊਗਾ ਵੀ ਆਹ ਫਲਾਣਾ ਚੋਟ ਛਾੜ ਆ ਤੇ ਤੁਹਾਡੇ ਆਪਾਂ ਫ੍ਰੀ ਦੇ ਵਿੱਚ ਆਪਾਂ ਪ੍ਰਚਾਰ ਕਰ ਦੇਣਾ ਉਹ ਕਹਿੰਦੇ ਇਹ ਗੱਲ ਤਾਂ ਤੂੰ ਸਹੀ ਕਰਦਾ ਵਿੰਗ ਆਈ ਆ ਆ ਦਿਓ ਆ ਟੋਪੀ ਅੜੂ ਉਹ ਯਾਰ ਬੰਦੇ ਨੇ ਗੱਟੇ 'ਚ ਹੱਥ ਮਾਰੇ ਯਾਰ ਉਹ ਕਹਿੰਦਾ ਜਨਾਬ ਟੋਪੀਆਂ ਦਾ ਖਤਮ ਹੋ ਗਿਆ ਹੁਣ ਕੀ ਕਰੀਏ ਚੱਲ ਇਹਨੂੰ ਮਫਲਰ ਦੇ ਦੇ ਯਾਰ ਉਹ ਬਹੁਤ ਸੌਲਾ ਹੈ ਯਾਰ ਮਫਲਰ ਤਾਂ ਬੜੀ ਘੈਂਟ ਚੀਜ਼ ਹੁੰਦੀ ਆ ਨਾ ਦੋਸਤੋ ਤੁਸੀਂ ਵੀ ਆਪਣੇ ਗਰਮੀਆਂ ਦੇ ਵਿੱਚ ਗਲਾਂ 'ਚ ਪਾ ਕੇ ਰੱਖਦੇ ਠੰਡ 'ਚ ਪਾ ਕੇ ਰੱਖਦੇ ਝੋਲੇ ਜੇ ਲੀਰਾਂ ਜੀਆਂ ਦੀਆਂ ਲੰਬੀਆਂ ਲੰਬੀਆਂ ਉਹ ਮੈਂ ਕਿਹਾ ਯਾਰ ਉਹ ਤਾਂ ਚੀਜ਼ ਹੀ ਬੜੀ ਘੈਂਟ ਹੈ ਯਾਰ ਗਰਮੀ ਦੇ ਵਿੱਚ ਸਿਰ 'ਤੇ ਬੰਨਿਆ ਕਰਾਂਗੇ ਡੱਕ ਬੂ ਪੂਜਿਆ ਕਰਾਂਗੇ ਅਤੇ ਨਾਲੇ ਗਲ 'ਚ ਪਾ ਕੇ ਰੱਖਿਆ ਕਰਾਂਗੇ ਯਾਰ ਘੈਂਟ ਹੋਊਗਾ ਮਫਲਰ ਮੈਂ ਕਿਹਾ ਯਾਰ ਮੈਨੂੰ ਮਫਲਰ ਹੀ ਦੇ ਦਿਓ ਕਹਿੰਦੇ ਵੇਖ ਲਾ ਟੋਪੀ ਮੇਰੇ ਸਰ ਜੂਗਾ ਨਾ ਇਹ ਕੱਲ੍ਹ ਦੀ ਟੋਪੀ ਨਵੀਂ ਆ ਜਿਹੜੀ ਮੈਂ ਕਿਹਾ ਨਹੀਂ ਯਾਰ ਤੁਸੀਂ ਮੈਨੂੰ ਮਫਲਰ ਹੀ ਦੇ ਦਿਓ ਯਾਰ ਮੇਰੇ ਜਦੋਂ ਸਰ ਗਿਆ ਜਿਹੜੀ ਚੀਜ਼ ਨਾਲ ਉਹ ਚੀਜ਼ ਮੈਨੂੰ ਦੇ ਦਿਓ ਉਹ ਜਦੋਂ ਲਿਆ ਨਾ ਗੱਟੇ ਜਿਹਾ ਕੱਢ ਕੇ ਯਾਰ ਬਾ ਗੱਲ ਆ ਵੀ ਮੇਰੀ ਆ ਦੋ ਚਾਰ ਲੈ ਕੇ ਜਾਵਾਂਗੇ ਮਫਲਰ ਮੈਂ ਕਿਹਾ ਬਾਈ ਜੀ ਕਹਿੰਦਾ ਹਾਂਜੀ ਪਵੱਕੜਾ ਮੈਂ ਕਿਹਾ ਜੀ ਮੈਨੂੰ ਪੰਜ ਸੱਤ ਦੇ ਦਿਓ ਕਹਿੰਦਾ ਮਫਲਰ ਆ ਕਹਿੰਦਾ ਯਾਰ 20 ਲੈ ਜਾ ਮੈਂ ਕਿਹਾ ਯਾਰ ਵਾਹ ਯਾਰ ਬੰਦੇ ਬੜੇ ਘੈਂਟ ਯਾਰ ਯਾਰ ਮੈਂ ਬੋਰਡ ਤੂੰ ਨਹੀਂ ਪੂਰੀ ਯਾਰ ਇਹ ਕੀ ਜਾਊਗੀ ਯਾਰ ਉਧਰ ਯਾਰ ਗੱਟੇ ਜੋ ਕੱਢ ਕੇ ਮੈਨੂੰ ਤਾਂ ਪੰਦਰਾਂ ਫੜਾ ਤੇ ਜਦੋਂ ਮੈਂ ਵੇਖੋ ਤਾਂ ਯਾਰ ਲੀਰ ਜੀ ਸੀ ਯਾਰ ਆ ਛੱਡ ਵੀ ਮੋਟੀ ਆ ਉਹਦੇ ਨਾਲ ਉਹ ਬਗਾ ਟੂਈ ਬਾਹਰ ਤੇਰੇ ਬੁਬਲਰ ਦੀ ਬਾਹਰ ਕੇ ਕਹਿੰਦੇ ਘੈਂਟ ਹੋਣਗੇ ਕਹਿੰਦਾ ਨਹੀਂ ਇਹ ਤਾਂ ਪਤਲੇ ਜਿੱਦੇ ਆ ਬਗਾ ਰੱਖ ਲਓ ਫਿਰ ਆਪਦੇ ਸਾਡੀ ਕਰੋੜਾ ਆਪਾਂ ਕਹਿੰਦਾ ਵੋਟ ਪਾਏਗਾ ਬਗਾ ਗੱਲ ਸੁਣ ਲਾ ਤਿਆਰ ਨਾ ਮੇਰੀ ਕਹਿੰਦੇ ਕੀ ਬਗਾ ਮੇਰੀ ਤਾਂ ਵੋਟ ਹੀ ਨਹੀਂ ਬੜੀ ਸੱਚੀ ਨਹੀਂ ਬੜੀ ਬਗਾ ਯਾਰ ਸਾਰਾ ਮੈਂ ਸਾਰਾ ਸਾਲਾਂ ਦਾ ਤਾਂ ਹੈਗਾ ਯਾਰ ਮੇਰੀ ਵੋਟ ਕਿਹੜੀ ਬੜੀ ਆ ਕਦੋਂ ਐਵੇਂ ਸਵਾਦ ਲਈ ਜਾਂਦੇ ਸਾਡੇ ਬਗਾ ਸਵਾਦ ਨੂੰ ਚੜਿਆ ਤੁਹਾਨੂੰ ਮੈਂ ਜੱਫੇ ਪਾਏ ਆ ਕਿਆ ਕੰਮ ਕਰ ਆਪਦਾ ਕਹਿੰਦਾ ਬੋਲਦਾ ਕਿਵੇਂ ਤੂੰ ਜਦੋਂ ਮੈਂ ਅੱਜ ਪੱਚੀ ਡਿਗਾ ਮਰੀ ਵੀ 30-40 ਜਿਹੜੇ ਹੈਗੇ ਆ ਮੈਂ ਕਹਾਂ ਜੀ ਮੈਂ ਤਾਂ ਸਤਿਕਾਰ ਨਾਲ ਹੀ ਬੋਲਦਾ ਕਹਿੰਦਾ ਚੱਲ ਭੱਜ ਜਾ ਇੱਥੋਂ ਮੈਂ ਕਿਹਾ ਭੱਜਦਾ ਨੀਗਾ ਤੁਰ ਕੇ ਜਾਊਗਾ ਪਿਓਰ ਰਾਮ ਨਾਲ ਐ ਰਾਮ ਦਾ ਝੂਮਦਾ ਜਾਊਗਾ ਮੈਂ ਮੈਨੂੰ ਪਜਾਉਣ ਵਾਲੇ ਵਰਗੇ ਘਰੇ ਆ ਗਏ ਭਰਾਵਾ ਇਹ ਬਾਈ ਟੱਟੀ ਗਿਆ ਯਾਰ ਅੱਧਾ ਘੰਟਾ ਹੋ ਗਿਆ ਟੱਟੀ ਨਹੀਂ ਗਿਆ ਯਾਰ ਕਮਾਲ ਹੋ ਗਈ ਯਾਰ ਬੁੜੇ ਨਹੀਂ ਹਜੇ ਤੱਕ ਪਤਾ ਨਹੀਂ ਕਦੋਂ ਪਾਊਗਾ ਉਹ ਯਾਰ ਯਾਰ ਜਦੋਂ ਕਣਕ ਵੱਢੀ ਜਾਂਦੀ ਹੈ ਨਾ ਯਾਰ ਯਾਰ ਆਪਣਾ ਨਾ ਕੰਮ ਦੋ ਨੰਬਰ ਵਾਲਾ ਕੰਮ ਨਾ ਬਹੁਤ ਔਖਾ ਹੋ ਜਾਂਦਾ ਉੱਥੋਂ ਕਿਵੇਂ ਕਿਉਂਕਿ ਯਾਰ ਆਹ ਵੇਖ ਯਾਰ ਭੈਣਦੇ ਯਾਰ ਤੇ ਫੁੱਟ ਫੁੱਟ ਉੱਚੇ ਦਾ ਖਰਚੇ ਛੱਡ ਦਿੰਦੇ ਇਹ ਤੇ ਟੱਟੀ ਬੰਦਾ ਬੈਠੂ ਕਿਵੇਂ ਯਾਰ ਖਰਚਾ ਬਚੂਗਾ ਮੈਂ ਬਾਈ ਨੂੰ ਆਖਿਆ ਯਾਰ ਬਾਹਰ ਵਾਦੇ ਉਹ ਲੈ ਜਾ ਬਣਾ ਕੇ ਦੇ ਇੱਕ ਯਾਰ ਇੱਥੇ ਚੌਡੀ ਦੇ ਵਿੱਚ ਟੱਟੀ ਟੁੱਟੀ ਜਾ ਡੂ ਬਾਈ ਕਹਿੰਦਾ ਕੋਈ ਨਹੀਂ ਬਣਾ ਦਾਂਗੇ ਪਵੱਕੜਾ ਇੱਕ ਮੈਂ ਕਿਹਾ ਯਾਰ ਡਾਉਣ ਵਾਲਾ ਵੀ ਬਣਾ ਦੇ ਇੱਥੇ ਕਹਿੰਦੇ ਕਵਲੇ ਟੂਵੇ ਚੱਲੀ ਜਾਂਦਾ ਇੱਥੇ ਨਾਲ ਮੈਂ ਕਿਹਾ ਤੇਰੀ ਗੱਲ ਵੀ ਸਹੀ ਆ ਬਾਈ ਯਾਰ ਲੈ ਉਹ ਬਾਈ ਸੁੱਚੀ ਇਹਦੇ ਕਦੋਂ ਦਾ ਯਾਰ ਬਾਈ ਟੱਟੀ ਗਿਆ ਇਹ ਤੇਰੇ ਯਾਰ ਇੱਥੇ ਸੁੱਤਾ ਪਿਆ ਲੈ ਕਮਾਲ ਲਈ ਆ ਫੂਲ ਕੇ ਇਹਦਾ ਆਹ ਸੋਲਰ ਆ ਬਾਈ ਆਪਣੇ ਵੇਖ ਲਓ ਉਹ ਬਾਈ ਸੁੱਚੀ ਇਹਦੇ ਯਾਰ ਬਾਈ ਟੱਟੀ ਗਿਆ ਚੱਲ ਆ ਜੂਗਾ ਇਹ ਪਹਿਲੇ ਤਾਂ ਬਰੂਦ ਦੇ ਥੱਲੇ ਆ ਬਰੂਦ ਦੇ ਥੱਲੇ ਬੁੱਝਾ ਡਾ ਕੇ ਪਿਆ ਬੈਗ ਦੇ ਤੂੰ ਟੱਟੀ ਗਿਆ ਮੈਂ ਕਿਹੜੇ ਵੇਲੇ ਤਾਂ ਗੈਸ ਨੂੰ ਵੀ ਦੱਸੀ ਜਾਂਦਾ ਤੇ ਹੋਰ ਕਮਾਲ ਦਾ ਬੰਦਾ ਬਾਈ ਯਾਰ ਬਾਈ ਨੂੰ ਨਾ ਬੜਾ ਜਿਹਾ ਤੜਿਆ ਕੇ ਜੇ ਮੈਂ ਹੁਣ ਕਹਿ ਦੂਆ ਵੇਖੀ ਵੜਦਾ ਕਈ ਲੈ ਕੇ ਵਿੱਚ ਆ ਬਾਈ ਸਹੀ ਚੱਲੀ ਇਹਦਾ ਕੰਮ ਚੱਲ ਸਹੀ ਚੱਲਣਾ ਚਾਹੀਦਾ ਧੁੱਪ ਜਿਹੜਾ ਤਵਾ ਤਾਂ ਆ ਗਈ ਉਦੋਂ ਫੁੱਲ ਪਾਣੀ ਚੱਲ ਜੂ ਨਾ ਬਾਈ ਇਹ ਸਾਈਡ ਤੇ ਫਿਰਦੀ ਆ ਆਪਾਂ ਨੂੰ ਘੁਮਾ ਦਈਏ ਥੋੜੀ ਜਿਹੀ ਘੁਮਾ ਦਿੰਦੇ ਆ ਇਹ ਆ ਫ੍ਰੀ ਦਾ ਪਾਣੀ ਹਾਂ ਇਹ ਐਰ ਕੀ ਮੱਕੜ ਦਾ ਸਾਥ ਦਿਓ ਜੇ ਚੰਗਾ ਸਮਝਾ ਦੋ ਮੈਂ ਗੈਸ ਨੂੰ ਸਾਰਾ ਕੁਝ ਬਾਈ ਸਾਰੀ ਹੁਣ ਇਹ ਜਾਣੇ ਦਾ ਕੰਮ ਜਾਣੇ ਤੇ ਅਸੀਂ ਲਾਉਣਾ ਮੁੱਛਲ ਤੇ ਜਿਹੜੇ ਬੰਦੇ ਨੂੰ ਮੁੱਛਲ ਦੀ ਜਾਣਕਾਰੀ ਹੈਗੀ ਆ ਸਪਰੇਅ ਬਾਰੇ ਦੱਸੀ ਰੱਖੋ ਜੇ ਵਿਚਾਰੇ ਨੂੰ ਸਾਡੇ ਨਾਲ ਕਰਕਟ ਕਰੋ ਹਾਂ
ਕਿੰਨੀਆਂ ਸਪਰੇਆਂ ਕਰਨੀਆਂ, ਜੇ ਕਿਸੇ ਕੋਲ ਬੀਜ ਹੈਗਾ ਉਹ ਵੀ ਸਾਨੂੰ ਦੇ ਦਿਓ। ਪਾਣੀ ਮਿੱਠਾ ਨਾ ਪੂਰਾ ਸ਼ਹਿਰ ਕਰਕੇ सूरज बंदी लो जी दोस्तों चाह पीने तो आयो, मैं पीना चाह दे उधर वेखो बई पौधा खरू चकलो भी कही कब्जा लीए